ਅੱਜ ਦਾ ਵਿਚਾਰ ਹੈ ਧਿਆਨ ਨਾਲ ਸੁਣੋ ਪਰਮਾਤਮਾ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਹਾਂਜੀ ਬੱਚਿਓ ਬਹੁਤ ਵਧੀਆ ਹੈ ਅੱਜ ਦਾ ਵਿਚਾਰ ਕਿ ਪਰਮਾਤਮਾ ਉਹਨਾਂ ਦੀ ਹੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਦੇਖੋ ਬੱਚਿਓ ਜੇ ਆਪਾਂ ਪਰਮਾਤਮਾ ਦੀ ਗੱਲ ਕਰੀਏ ਤਾਂ ਪਤਾ ਨਹੀਂ ਉਹ ਕਿਹੜੇ ਰੂਪ ਵਿੱਚ ਸਾਡੀ ਮਦਦ ਕਦੋਂ ਕਰ ਜਾਂਦਾ ਹੈ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਹਰ ਇਨਸਾਨ ਜੋ ਇਸ ਦੁਨੀਆ ਤੇ ਆਇਆ ਹੈ ਉਸਨੇ ਕਦੇ ਸੋਚਿਆ ਹੈ ਕਿ ਪਰਮਾਤਮਾ ਕੌਣ ਹੈ ਤੇ ਇਹ ਸਾਡੀ ਮਦਦ ਕਿਸ ਰੂਪ ਵਿੱਚ ਕਰਦਾ ਹੈ ਤਾਂ ਬੱਚਿਓ ਸਾਨੂੰ ਪਰਮਾਤਮਾ ਦੇ ਹਮੇਸ਼ਾ ਅੰਗ-ਸੰਗ ਰਹਿਣਾ ਚਾਹੀਦਾ ਹੈ ਹਰ ਵੇਲੇ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ हे ਪਰਮਾਤਮਾ ਭਲੀ ਕਰੀ ਤੁਸੀਂ ਯਕੀਨ ਨਹੀਂ ਕਰੋਗੇ ਕਿ ਪਰਮਾਤਮਾ ਆਪਣੀ ਮਦਦ ਕਿਸ ਤਰ੍ਹਾਂ ਕਰੇਗਾ ਜੇ ਆਪਾਂ परमात्मा वाल एक पैर परमात्मा अपने वाल दस पैर बिल्कुल सही है, कि दी ही मदद है जो अपनी मदद आप करते चलो अगे ज्ञान विज्ञान के प्रश्न वाल बच्चों ज्ञान विज्ञान का पहला प्रश्न है साडा राष्ट्रीय गान किसने लिखया है तुम्हारा राष्ट्रीय गान ਕੀ ਰビन्द्रनाथ ਟੈਗੋਰ ਜੀ ਨੇ ਲਿਖਿਆ ਹੈ ਤਾਂ ਬੱਚਿਓ ਆਪਣਾ ਰਾਸ਼ਟਰੀ ਗਾਣ ਹੈ ਜਨ ਗਨ ਮਨ ਇਸ ਨੂੰ ਭਾਰਤੀ ਸੰਵਿਧਾਨ ਵਿੱਚ 24 ਜਨਵਰੀ 1950 ਵਿੱਚ ਸ਼ਾਮਿਲ ਕੀਤਾ ਗਿਆ ਸੀ ਤੇ ਬੱਚਿਓ ਇਸ ਨੂੰ ਰビन्द्रनाथ ਟੈਗੋਰ ਜੀ ਨੇ ਆਪਣੀ ਪ੍ਰਸਿੱਧ ਪੁਸਤਕ ਗੀਤਾਂਜਲੀ ਵਿੱਚੋਂ ਲਿਆ ਹੈ ਅਤੇ ਇਹ ਪਹਿਲੀ ਵਾਰ ਦਿੱਲੀ ਵਿੱਚ 1911 ਵਿੱਚ ਗਾਇਆ ਗਿਆ ਸੀ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਸਥਿਤ ਹੈ ਤਾਂ ਬੱਚਿਓ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿੱਚ ਸਥਿਤ ਹੈ ਇਸ ਬਾਰੇ ਥੋੜੀ ਜਾਣਕਾਰੀ ਲਓ ਬੱਚਿਓ ਇਹ ਪੰਜਾਬ ਦੇ ਜਲੰਧਰ ਕਪੂਰਥਲਾ ਸੜਕ ਤੇ ਸਥਿਤ ਹੈ ਇਸ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਜੀ ਨੇ ਕੀਤਾ ਸੀ ਇਹ ਧਾਰਾ 72 ਏਕੜ ਵਿੱਚ ਫੈਲਿਆ ਹੋਇਆ ਹੈ ਬੱਚਿਓ ਇਸ ਦਾ ਨਿਰਮਾਣ 17 ਅਕਤੂਬਰ 1997 ਵਿੱਚ ਹੋਇਆ ਸੀ ਇਸ ਵਿੱਚ 12 ਫੁੱਟੀ ਦੇ ਦਿਲ ਦੇ ਮਾਡਲ ਸਿਟੀ ਸਕੈਨ ਅਤੇ ਬਾਇਓਟੈਕ ਨਾਲ ਸੰਬੰਧਿਤ ਪ੍ਰਦਰਸ਼ਨੀਆਂ ਰੱਖੀਆਂ ਗਈਆਂ ਹਨ ਇੱਥੇ ਬੱਚਿਓ ਇੱਕ ਬਹੁਤ ਹੀ ਵੱਡਾ ਅਜਾਇਬ ਘਰ ਵੀ ਹੈ ਜਿੱਥੇ ਬਹੁਤ ਸਾਰੇ ਚੋਲੇ ਅਤੇ ਹੋਰ ਖੇਡਾਂ ਬਾਰੇ ਜਾਣਕਾਰੀ ਮਿਲਦੀ ਹੈ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਤਾਂ ਅੱਜ ਦਾ ਤੀਸਰਾ ਪ੍ਰਸ਼ਨ ਹੈ ਸ਼ਹੀਦ ਉਦਮ ਸਿੰਘ ਦੀਦਾ ਜਨਮ ਕਿੱਥੇ ਹੋਇਆ ਹਾਂਜੀ ਬੱਚੋ ਤਾਂ ਸ਼ਹੀਦ ਉਦਮ ਸਿੰਘ ਜੀ ਦਾ ਜਨਮ ਸੁਨਾਮ ਸੰਗਰੂਰ ਵਿਖੇ ਹੋਇਆ ਇਹਨਾਂ ਬਾਰੇ ਥੋੜੀ ਜਾਣਕਾਰੀ ਲੋ ਬੱਚਿਓ ਇਹਨਾਂ ਦਾ ਜਨਮ ਸੰਗਰੂਰ ਵਿਖੇ ਸੁਨਾਮ ਨਾਂ ਦੇ ਸ਼ਹਿਰ ਵਿੱਚ ਹੋਇਆ ਇਨਾਂ ਦੇ ਪਿਤਾ ਜੀ ਦਾ ਨਾਮ ਟਹਿਲ ਸਿੰਘ ਮਾਤਾ ਜੀ ਦਾ ਨਾਮ ਨਰਾਇਣਕੌਰ ਸੀ ਅਤੇ ਇਹ ਭਗਤ ਸਿੰਘ ਜੀ ਨੂੰ ਆਪਣਾ ਗੁਰੂ ਮੰंदे ਸਨ ਤਾਂ ਬੱਚਿਓ 31 ਜੁਲਾਈ 1940 ਇਸਵੀ ਵਿੱਚ ਅੰਗਰੇਜ਼ਾਂ ਨੇ ਇਹਨਾਂ ਨੂੰ ਲੰਡਨ ਦੇ ਵਿੱਚ ਫਾਂਸੀ ਦਿੱਤੀ ਸੀ ਅਤੇ ਇਹਨਾਂ ਦੀ ਸ਼ਹੀਦੀ ਦਾ ਮੁੱਖ ਕਾਰਨ ਮਾਈਕਲ ਉਡਵਾਇਰ ਦੀ ਹੱਤਿਆ ਸੀ ਚਲੋ ਅੱਗੇ ਵਧੀਏ ਅਗਲਾ ਪ੍ਰਸ਼ਨ ਤਾਂ ਬੱਚਿਓ ਅੱਜ ਦਾ ਚੌਥਾ ਪ੍ਰਸ਼ਨ ਹੈ ਇੱਕ ਤਿਕੋਣ ਦੇ ਕਿੰਨੇ ਕੋਣ ਹੁੰਦੇ ਹਨ ਤਾਂ ਬੱਚਿਓ ਇੱਕ ਤਿਕੋਣ ਦੇ ਤਿੰਨ ਕੋਣ ਹੁੰਦੇ ਹਨ ਅਤੇ ਇੱਕ ਤਿਕੋਣ ਦੀਆਂ ਤਿੰਨ ਪੁਜਾਵਾਂ ਅਤੇ ਤਿੰਨ ਕੋਨੇ ਹੁੰਦੇ ਹਨ ਅਤੇ ਹਰ ਕੋਣ 60 ਡਿਗਰੀ ਦਾ ਹੁੰਦਾ ਹੈ ਤੇ ਤਿਕੋਣ ਦੇ ਤਿੰਨਾ ਕੋਨਾਂ ਦਾ ਜੋੜ 180 ਡਿਗਰੀ ਹੁੰਦਾ ਹੈ ਚਲੋ ਅੱਗੇ ਵਧੀਏ ਪੰਜਵਾਂ ਪ੍ਰਸ਼ਨ ਕਿਹੜੇ ਪੋਸ਼ਟਕ ਤੱਤ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ ਤਾਂ ਬੱਚਿਓ ਕਾਰਬੋਹਾਈਡਰੇਟਸ ਅਤੇ ਚਰਬੀ ਇਹ ਪੋਸ਼ਕ ਤੱਤ ਸਾਡੇ ਸਰੀਰ ਨੂੰ ਊਰਜਾ ਦਿੰਦੇ ਹਨ ਇਹਨਾਂ ਬਾਰੇ ਥੋੜੀ ਜਾਣਕਾਰੀ ਲੋ ਤਾਂ ਬੱਚਿਓ ਪਹਿਲਾਂ ਆਪਾਂ ਕਾਰਬੋਹਾਈਡਰੇਟਸ ਦੀ ਗੱਲ ਕਰਾਂਗੇ ਕਾਰਬੋਹਾਈਡਰੇਟ ਆਮ ਤੌਰ ਤੇ ਚਾਵਲ ਕਣਕ ਗੰਨਾ ਆਲੂ ਅਤੇ ਮਿੱਠੇ ਫਲਾਂ ਵਿੱਚ ਹੁੰਦਾ ਹੈ ਬੱਚਿਓ ਇਹ ਪੋਸ਼ਕ ਤੱਤ ਸਾਨੂੰ ਖੇਡਣ ਅਤੇ ਸਰੀਰਕ ਕੰਮਾਂ ਲਈ ਊਰਜਾ ਦਿੰਦਾ ਹੈ ਇਸ ਦੀ ਕਮੀ ਹੋਣ ਤੇ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਤੇ ਜੇ ਚਰਬੀ ਦੀ ਗੱਲ ਕਰੀਏ ਤਾਂ ਚਰਬੀ ਕਾਰਬੋਹਾਈਡਰੇਟਸ ਨਾਲੋਂ ਜ਼ਿਆਦਾ ਊਰਜਾ ਦਿੰਦੀ ਹੈ ਇਹ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ ਅਤੇ ਇਹ ਬਹੁਤ ਸਾਰੇ ਵਿਟਾਮਿਨ ਨੂੰ ਆਪਣੇ ਵਿੱਚ ਸੋਖ ਵੀ ਲੈਂਦੀ ਹੈ ਬੱਚਿਓ ਇਸ ਦੇ ਮੁੱਖ ਸੋਮੇ ਕਿਉ ਮੱਖਣ ਗਿਰੀਆਂ ਖੋਆ ਅੰਡਾ ਅਤੇ ਮੀਟ ਆਦੀ ਹਨ ਚਲੋ ਅੱਗੇ ਵਧੀਏ ਆਓ ਬੁਝੀਏ ਤਾਂ ਬੱਚਿਓ ਅੱਜ ਦੀ ਬੁਝਾਰਤ ਹੈ ਧਿਆਨ ਨਾਲ ਸੁਣੋ ਨਿੱਕੀ ਜੀ ਕੁੜੀ ਪੜਦੀ ਪਈ 12 ਪੜ ਫਿਰ ਪਹਿਲੀ ਪਈ ਹਾਂਜੀ ਬੱਚਿਓ ਬੁਝੋ ਬਹੁਤ ਵਧੀਆ ਹੈ ਅੱਜ ਦੀ ਬੁਝਾਰਤ ਹਾਂਜੀ ਤਾਂ ਇਸ ਦਾ ਸਹੀ ਉੱਤਰ ਹੈ ਕੜੀ ਸਭ ਨੇ ਦੇਖੀ ਹੀ ਹੈ ਚਲੋ ਅੱਗੇ ਵਧੀਏ ਅੱਜ ਦੇ ਸ਼ਬਦ ਤਾਂ ਬੱਚਿਓ ਅੱਜ ਦਾ ਪਹਿਲਾ ਸ਼ਬਦ ਹੈ ਹੋਪ ਹੋਪ ਹੁੰਦਾ ਹੈ ਉਮੀਦ अज का दूसरा शब्द है होम होम हूँ कर अज का तीसरा शब्द है होल्ड होल्ड होंगे है पकड़ना अज का चौथा शब्द है हैबिट हैबिट हूँ है आदत अज का पंजा शब्द है हंटर हंटर होंगे है शिकारी